ਸਾਰੀ ਦੁਨੀਆ ਹੀ ਕੰਮ ਕਰਦੀ ਆ, ਉਹ ਮੈਨੂੰ ਤੇ ਇਸ ਚੀਜ਼ ਦੇ ਵਿੱਚ ਬਹੁਤ ਖੁਸ਼ੀ ਹੋਊਗੀ। ਹੁਣ ਤਾਂ ਉਹਨੇ ਫੋਨ ਬੰਦ ਕਰਨਾ ਹੀ ਹੈ, ਪੈਸੇ ਨਹੀਂ ਮੰਗ ਲਏ ਆਪਾਂ। ਪਰ ਤੁਹਾਡੇ ਔਖੇ ਟਾਈਮ ਨੂੰ ਠੀਕ ਕਰਨ ਲਈ ਮੈਂ ਆਪਣੇ ਘਰ ਨੂੰ ਤਾਂ ਨਹੀਂ ਕਰਜ਼ੇ 'ਚ ਪਾ ਸਕਦੀ। ਤੂੰ ਪਹਿਲੀ ਵਾਰ ਰਾਤ ਰਹਿਣ ਆਈ ਆ, ਕੋਈ ਖਾਸ ਵਜ੍ਹਾ? ਜੀਜਾ ਜੀ, ਮਨਪ੍ਰੀਤ, ਆ ਜਾਓ। ਮੰਮੀ, ਅੱਜ ਤਾਂ ਸਾਰੇ ਇਕੱਠੇ ਹੋਈ ਜਾਂਦੇ ਆ, ਜੀਜਾ ਜੀ ਤੇ ਮਨਪ੍ਰੀਤ ਵੀ ਆਏ ਆ। ਬੈਠੋ, ਮੈਂ ਕੁਲਚੇ ਛੋਲੇ ਹੁਣ ਵੱਧ ਲੈ ਕੇ ਆਊਂਗਾ, ਬੈਠੋ ਤੁਸੀਂ। ਉਹ ਨਹੀਂ ਦੇਵ, ਗੱਲ ਸੁਣ, ਖਾਣਾ ਪੀਣਾ ਕੁਛ ਨਹੀਂ ਹੈਗਾ, ਮੈਂ ਇੱਕ ਬਹੁਤ ਜ਼ਰੂਰੀ ਗੱਲ ਕਰਨ ਆਇਆ, ਬੈਠ, ਪਹਿਲਾਂ ਆਪਾਂ ਗੱਲ ਕਰ ਲਈਏ। ਹਾਂ ਹਾਂ, ਗੱਲ ਕਰਾਂਗੇ ਜੀਜਾ ਜੀ, ਖਾਂਦੇ ਪੀਂਦੇ ਗੱਲ ਕਰਾਂਗੇ, ਮੈਂ ਗਿਆ ਤੇ ਆਇਆ, ਤੁਸੀਂ ਬੈਠੋ ਬਸ। ਉਹ ਨਹੀਂ, ਪਹਿਲਾਂ ਗੱਲ ਕਰ ਲਈਏ। ਕੀ ਗੱਲ ਹੈ ਇਹ ਜੀਜਾ ਜੀ, ਜਿਹੜਾ ਮੈਨੂੰ ਜਾਣ ਤੋਂ ਰੋਕੀ ਜਾਂਦੇ ਹੋ, ਦੱਸੋ। ਦੇਵ ਦੇਖ, ਗੱਲ ਹੈਗੀ ਆ ਇੱਦਾਂ, ਤੈਨੂੰ ਪਤਾ ਅਮਰ ਦਾ ਇਸ ਟਾਈਮ ਥੋੜ੍ਹਾ ਜਿਹਾ ਔਖਾ ਹੋਇਆ ਹੋਇਆ, ਜਿਹੜਾ ਉਹ 'ਤੇ ਕੇਸ ਹੋਇਆ ਹੋਇਆ, ਉਹ ਗੁਜਰਾਤ ਵਾਲੀ ਕੰਪਨੀ ਨੇ ਕੀਤਾ, ਉਹਦੇ ਕਰਕੇ ਉਹ ਇੱਧਰੋਂ ਉੱਧਰੋਂ ਪੈਸੇ ਇਕੱਠੇ ਕਰਦਾ ਪਿਆ। ਉਹਨੇ ਮੇਰੇ ਤੋਂ ਵੀ ਪੈਸੇ ਮੰਗੇ ਸੀ, ਜਿਹੜੇ ਪੈਸੇ ਕਿਰਨ ਦੇ ਵਿਆਹ ਵੇਲੇ ਤੂੰ ਮੈਨੂੰ ਦਿੱਤੇ ਸੀ ਨਾ, ਉਹ ਪੈਸੇ। ਮੈਂ ਉਹਦੇ ਬਾਰੇ ਹੀ ਗੱਲ ਕਰਨ ਆਇਆ ਸੀ, ਬੈਠ ਇੱਕ ਮਿੰਟ। ਦੇਖ, ਜਿਹੜੇ ਸਾਂਝੇ ਖਾਤੇ 'ਚੋਂ ਪੈਸੇ ਦਿੱਤੇ ਸੀਗੇ ਉਹ ਸੀਗਾ 5 ਲੱਖ ਰੁਪਈਆ, ਉਹਦੇ 'ਚੋਂ 2.5 ਲੱਖ ਰੁਪਇਆ ਉਹਦਾ ਬਣਦਾ ਸੀ, ਉਹਨੂੰ ਦੇ ਤਾ। ਤੇਰੇ ਪੈਸੇ ਉਹ ਮੈਂ ਤੈਨੂੰ ਹੁਣ ਦੇਣ ਆਇਆ। ਜੀਜਾ ਜੀ, ਮੈਂ ਪੈਸੇ ਨਹੀਂ ਲੈਣੇ ਉਹ। ਕਿਉਂ ਕਿਉਂ ਨਹੀਂ ਪੈਸੇ ਲੈਣੇ ਬਈ? ਜਿਹੜੇ ਤੇਰੇ ਦੇਣੇ ਬਣਦੇ ਆ ਉਹ ਤਾਂ ਦੇਣੇ ਹੀ ਨੇ। ਜੀਜਾ ਜੀ, ਉਹ ਪੈਸੇ ਮੈਂ ਤੁਹਾਨੂੰ ਉਧਾਰ ਥੋੜ੍ਹੇ ਦਿੱਤੇ ਸੀ, ਉਹ ਤਾਂ ਮੈਂ ਆਪਣੇ ਵੱਲੋਂ ਸ਼ਗਨ ਦਿੱਤਾ ਸੀ। ਤੁਹਾਡੀ ਭੈਣ ਮੇਰੀ ਭੈਣ ਵੀ ਤਾਂ ਹੋਈ ਨਾ, ਅਤੇ ਭੈਣਾਂ ਨੂੰ ਦਿੱਤਾ ਹੋਇਆ ਵਾਪਸ ਥੋੜ੍ਹੀ ਮੰਗੀਦਾ ਹੁੰਦਾ। ਆਹ ਪਾਪ ਮੇਰੇ ਤੋਂ ਨਹੀਂ ਹੋਣਾ, ਅਤੇ ਉਹ ਪੈਸੇ ਮੈਂ ਨਹੀਂ ਲੈਣੇ। ਦੇਵ ਦੇਖ, ਇਹ ਤੇਰਾ ਬੜੱਪਾ ਨਾ ਜਿਹੜਾ ਤੂੰ ਕਹਿ ਰਿਹਾ ਕਿ ਮੈਂ ਪੈਸੇ ਲੈਣੇ ਨਹੀਂ, ਪਰ ਅਸਲ 'ਚ ਗੱਲ ਇਹ ਆ ਕਿ ਅੱਜ ਮੈਂ ਪੈਸਿਆਂ ਦਾ ਹੀਲਾ ਕੀਤਾ ਹੋਇਆ, ਕੱਲ੍ਹੋਂ ਇਹ ਨਾ ਹੋਵੇ ਕਿ ਅਮਰ ਵਾਂਗ ਤੈਨੂੰ ਕਿਤੇ ਪੈਸਿਆਂ ਦੀ ਲੋੜ ਪੈ ਜਾਵੇ, ਪਰ ਉਸ ਟਾਈਮ ਮੇਰੇ ਕੋਲ ਪੈਸੇ ਨਾ ਹੋਏ ਤਾਂ ਤੂੰ ਔਖਾ ਹੋਏਗਾ। ਜੀਜਾ ਜੀ, ਔਖੇ ਟਾਈਮ ਦੇ ਵਿੱਚੋਂ ਤਾਂ ਮੈਂ ਨਿਕਲ ਕੇ ਆਇਆ ਜੀ, ਤੁਹਾਨੂੰ ਕਦੇ ਉਸ ਔਖੇ ਟਾਈਮ ਦੇ ਵਿੱਚ ਮੈਂ ਇੱਕ ਵਾਰ ਵੀ ਕਿਹਾ ਕਿ ਮੈਨੂੰ ਪੈਸੇ ਦਿਓ, ਮੈਂ ਤੁਹਾਨੂੰ ਦਿੱਤੇ ਸੀ ਜਾਂ ਮੈਂ ਵਾਪਸ ਮੰਗੇ? ਉਸ ਟਾਈਮ ਦੇ ਵਿੱਚ ਸਿਰਫ ਮਦਦ ਮੰਗੀ ਸੀ, ਅਤੇ ਉਹ ਪੈਸੇ ਮੈਂ ਤੁਹਾਡੇ ਦੇਣੇ ਆ, ਮੈਂ ਤੁਹਾਡਾ ਦੇਣਦਾਰ। ਉਹ ਕਮਾਲ ਦਾ ਬੰਦਾ ਯਾਰ ਤੂੰ, ਜਿਹੜਾ ਤੂੰ ਆਪਣੇ ਹੱਥੀ 5 ਲੱਖ ਰੁਪਇਆ ਦਿੱਤਾ ਸੀ ਉਹ ਭੁੱਲੀ ਬੈਠਾ, ਅਤੇ ਜਿਹੜੀ 10-15 ਹਜ਼ਾਰ ਦੀ ਅਸੀਂ ਮਦਦ ਕੀਤੀ ਸੀ ਉਹ ਤੂੰ ਯਾਦ ਰੱਖੀ ਹੋਈ ਆ। ਮੈਨੂੰ ਐਂ ਲੱਗਦਾ ਕਿ ਭੈਣਾਂ ਨੂੰ ਦਿੱਤਾ ਨਾ ਕਦੇ ਵੀ ਵਿਅਰਥ ਨਹੀਂ ਜਾਂਦਾ। ਉਸ ਟਾਈਮ ਮਨਪ੍ਰੀਤ ਨੂੰ ਵੀ ਲੋੜ ਸੀ, ਤੁਹਾਨੂੰ ਵੀ ਲੋੜ ਸੀ, ਕਿਰਨ ਦਾ ਵਿਆਹ ਕਰਨਾ ਸੀ। ਕਿਰਨ ਦਾ ਵਿਆਹ ਹੋਇਆ, ਕਿਤੇ ਨਾ ਕਿਤੇ ਉਸ ਭੈਣ ਦੀਆਂ ਦੁਆਵਾਂ ਵੀ ਮੈਨੂੰ ਲੱਗੀਆਂ ਹੀ ਹੋਣਗੀਆਂ। ਮੇਰਾ ਮੰਨਣਾ ਇਹ ਆ ਕਿ ਜਿਹੜਾ ਅੱਜ ਕੰਮ ਸਟੈਂਡ ਹੋਇਆ ਨਾ ਉਹ ਭੈਣਾਂ ਨੂੰ ਦਿੱਤੇ 'ਤੇ ਹੀ ਹੋਇਆ, ਅਤੇ ਭੈਣਾਂ ਨੂੰ ਦਿੱਤਿਆ ਹੋਇਆ ਵਾਪਸ ਥੋੜ੍ਹੀ ਮੰਗੀਦਾ ਹੁੰਦਾ। ਅੱਜ ਜਿਹੜਾ ਹੁਣ ਕੰਮ ਚੱਲਦਾ ਨਾ ਸਾਡਾ, ਵੱਧ ਗਿਆ, ਇੰਨੀ ਤਰੱਕੀ ਹੋ ਗਈ, ਇਹ ਸਾਰਾ ਕੁਛ ਮੇਰੇ ਖਿਆਲ ਨਾਲ ਉਹ 5 ਲੱਖ ਦੀ FD ਇਹਨਾਂ ਦੇ ਖਾਤੇ 'ਚ ਹੋਈ ਹੋਈ ਹੈ, ਉਹੀ ਮੁੜ ਮੁੜ ਕੇ ਆਈ ਜਾਂਦਾ ਮੈਨੂੰ। ਦੇਵ, ਸੋਚ ਤਾਂ ਤੇਰੀ ਬਹੁਤ ਵਧੀਆ, ਪਰ ਮੈਂ ਤੇਰੇ ਤੋਂ ਪੈਸੇ ਸ਼ਗਨ ਸਮਝ ਕੇ ਨਹੀਂ ਲਿੱਤੇ ਸੀ, ਮੈਂ ਉਧਾਰ ਸਮਝ ਕੇ ਹੀ ਲਿੱਤੇ ਸੀ, ਉਹ ਮੈਂ ਤੈਨੂੰ ਮੋੜਨੇ ਆ। ਆ ਲੈ ਆਪਣੀ ਅਮਾਨਤ। ਗਿਣੀ, ਇੱਥੋਂ 1 ਲੱਖ ਰੁਪਇਆ ਲੱਗ ਕੱਢ। ਹੋ ਗਏ? ਹਾਂਜੀ, ਆਹ 1 ਲੱਖ ਰੁਪਇਆ ਵੀਰੇ, ਆਹ 1 ਲੱਖ ਰੁਪਇਆ।
ढाई दिता सीगा जी, सवा सवा लख रुपया। ये कादे वीरे? भैन नूं दित्ते सी, भैन ही रखूगी। ਇਹ ਤੇਰੇ ਪਰ ਵੀਰੇ ਮੇਰੇ ਕਿੱਦਾਂ? ਉਹ ਤੂੰ ਵੀ ਤਾਂ ਮੇਰੀ ਭੈਣ ਹੀ ਆ, ਜਿਵੇਂ ਮੈਂ ਇਹਨੂੰ ਪਿਆਰ ਕਰਦਾ ਉਵੇਂ ਮੈਂ ਤੈਨੂੰ ਪਿਆਰ ਕਰਦਾ। ਬਸ ਬਸ ਰੋਣਾ ਨੀਗਾ। ਇਕੱਠੇ ਹੋਏ ਹੋਏ ਆ, ਕਾਸ਼ ਅਮਰ ਵੀ ਨਾਲ ਹੁੰਦਾ ਤਾਂ ਪਰਿਵਾਰ ਪੂਰਾ ਹੋ ਜਾਣਾ ਸੀ। ਸਿਰਫ ਉਹਨਾਂ ਦੀ ਘਾਟ ਜੀ ਰੜਕਦੀ ਆ। ਪਰ ਪਹਿਲਾਂ ਮੈਨੂੰ ਪਤਾ ਲੱਗੇ ਕਿਹੜੀ ਪਾਰਟੀ ਆ ਜਿਹਨੇ ਅਮਰ 'ਤੇ ਕੇਸ ਕੀਤਾ। ਉਸਦਾ ਨਾਮ ਪਤਾ ਲੱਗ ਜੇ ਹੱਲ ਤਾਂ ਮੈਂ ਕਰ ਹੀ ਦਊਂਗਾ। ਵੀਰੇ ਮੈਨੂੰ ਪਤਾ ਗੁਜਰਾਤ ਦੀ GMD ਵਾਲੀ ਪਾਰਟੀ ਆ, ਉਹਨੇ ਕੀਤਾ। GMD? ਮੰਮੀ ਜੀ ਅਮਰ ਨੂੰ ਇੱਕ ਗੱਲ ਕਹੋ ਕਿ ਕੱਲ੍ਹ ਉਹ ਦੁਕਾਨ ਖੋਲ ਲਵੇ, GMD ਵਾਲੇ ਨੂੰ ਮੈਂ ਸਾਂਭਲੂੰਗਾ। ਰਾਧਿਕਾ ਤੂੰ ਕਦੋਂ ਤੱਕ ਡਰ ਡਰ ਕੇ ਇੱਦਾਂ ਲੁਕਦੀ ਫਿਰੇਂਗੀ? ਐਂ ਕਰਦੀ ਹਾਂ ਮੈਂ GMD ਵਾਲਿਆਂ ਨੂੰ ਫੋਨ ਕਰਦੀ ਹਾਂ ਡਾਇਰੈਕਟ, ਦੇਖੀ ਜਾਓ ਜੋ ਹੁੰਦਾ। ਹੈਲੋ ਹੈਲੋ ਸਰ, ਜੈ ਸ਼੍ਰੀ ਕ੍ਰਿਸ਼ਨਾ। ਜੈ ਸ਼੍ਰੀ ਕ੍ਰਿਸ਼ਨਾ ਬਾਈ ਦੇ, ਮੈਂ ਆਪ ਬੋਲ ਕੌਣ ਰਹੇ ਹੈ? ਸਰ ਮੈਂ ਰਾਧਿਕਾ, ਰਾਧਿਕਾ ਹੋਜਰੀ ਮਿਲ ਸੇ। ਅੱਛਾ ਆਪ ਬੋਲ ਰਹੇ ਹੋ, ਬੋਲੀਏ ਬੋਲੀਏ, ਕਿਆ ਕਾਮ ਹੈ? ਸਰ ਕਾਮ ਤੋ ਆਪਕੋ ਪਤਾ ਹੀ ਹੈ, ਆਪਕੀ ਕੰਪਨੀ ਨੇ ਹਮਾਰੀ ਕੰਪਨੀ ਕੇ ਉੱਪਰ ਕੇਸ ਕੀਆ ਹੁਆ ਹੈ। ਸਰ ਅਗਰ ਵੋ ਕੇਸ ਆਪ ਵਾਪਸ ਲੈ ਲੋ, ਬਾਹਰ ਕੇ ਬਾਹਰ ਸੈਟਲਮੈਂਟ ਕਰ ਲੋ, ਤੋ ਆਪਕੀ ਬਹੁਤ ਮਿਹਰਬਾਨੀ ਹੋਗੀ। ਮੇਰੀ ਕਾਹੇ ਕੀ ਮਿਹਰਬਾਨੀ ਮੈਡਮ, ਮਿਹਰਬਾਨੀ ਤੋ ਆਪਕੀ ਹੋਗੀ ਅਗਰ ਆਪ ਵਕਤ ਅਨੁਸਾਰ ਕੋਰਟ ਪਹੁੰਚ ਜਾਏ ਔਰ ਆਪਣੀ ਗਲਤੀ ਮਾਨ ਲੈ। ਸਰ 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 ਮੈਂ ਤੋ ਆਪਸੇ ਸੈਟਲਮੈਂਟ ਕੀ ਬਾਤ ਕਰ ਰਹੀ ਹੂੰ, ਆਪ ਹੋ ਕੀ ਫਿਰ ਕੋਰਟ ਜਾਣੇ ਕੀ ਬਾਤ ਕਰ ਰਹੇ ਹੋ? ਅਰੇ ਕੋਰਟ ਕੀ ਬਾਤ ਨਾ ਕਰੂੰ ਤੋ ਔਰ ਕਿਆ ਕਰੂੰ? ਅਰੇ ਮੈਡਮ ਆਪਕੀ ਵਜ੍ਹਾ ਸੇ ਹਮਾਰਾ ਬਹੁਤ ਨੁਕਸਾਨ ਹੁਆ ਹੈ, ਉਹ ਕਿਆ ਕਹਤੇ ਹੈ ਅੰਗਰੇਜ਼ੀ ਮੇਂ ਉਸੇ ਬਿਜ਼ਨਸ ਲੋਸ, ਤੋ ਇਸ ਲਈ ਮੈਂ ਆਪਕੋ ਤੋ ਛੋੜਨੇ ਵਾਲਾ ਨਹੀਂ। ਔਰ ਰਹੀ ਬਾਤ ਸੈਟਲਮੈਂਟ ਕੀ, ਸੈਟਲਮੈਂਟ ਦੁਕਾਨਦਾਰ ਸੇ ਜ਼ਰੂਰ ਹੋ ਸਕਤੀ ਹੈ, ਲੇਕਿਨ ਉਸ ਇਨਸਾਨ ਸੇ ਨਹੀਂ ਜੋ ਇਨਸਾਨ ਹਮਾਰੇ ਬ੍ਰਾਂਡ ਕਾ ਡੁਪਲੀਕੇਟ ਮਾਰਕਾ ਲਗਾ ਕਰ ਮਾਲ ਵੇਚੇ, ਹਮਾਰੀ ਮਿਹਨਤ ਖਰਾਬ ਕਰੇ, ਬਿਲਕੁਲ ਨਹੀਂ। ਦੇਖੀਏ ਸਰ ਸਿੰਪਲ ਸੀ ਬਾਤ ਹੈ, ਆਪਕੀ ਕੰਪਨੀ ਨੇ ਮੇਰੀ ਕੰਪਨੀ ਕੇ ਉੱਪਰ ਜਿਤਨੇ ਕਾ ਕਲੇਮ ਕੀਆ ਹੈ, ਆਪ ਨਾ ਉਤਨੇ ਪੈਸੇ ਮੇਰੇ ਸੇ ਲੈ ਲੋ, ਬਸ ਜੇ ਜੋ ਬੈਨ ਲਗਾਇਆ ਹੈ ਨਾ ਵੋ ਹਟਵਾ ਦੀਜੀਏ। ਅੱਛਾ ਬੈਨ ਹਟਾ ਦੂੰ ਔਰ ਆਪ ਦੁਬਾਰਾ ਸੇ ਕਿਸੀ ਔਰ ਕੰਪਨੀ ਕਾ ਮਾਰਕਾ ਲਗਾ ਕਰ ਮਾਲ ਵੇਚੇ, ਮੇਰੀ ਤਰ੍ਹਾਂ ਕਿਸੀ ਔਰ ਕੋ ਪਰੇਸ਼ਾਨ ਕਰੇ, ਬਿਲਕੁਲ ਨਹੀਂ, ਬੈਨ ਤੋ ਅਬ ਨਹੀਂ ਹਟੇਗਾ। ਅਰੇ ਨਹੀਂ ਸਰ, ਆਜ ਕੇ ਬਾਅਦ ਆਪਕੀ ਕੰਪਨੀ ਕਾ ਟੈਗ ਲਗਾ ਕਰ ਕਭੀ ਨਹੀਂ ਮਾਲ ਵੇਚੂੰਗੀ, ਅਗਰ ਲਗਾਇਆ ਤੋ ਅਬ ਦੁਬਾਰਾ ਬੈਨ ਕਰ ਦੇਣਾ। ਅਰੇ ਵਾਹ, ਹਮਾਰਾ ਟੈਗ ਨਹੀਂ ਲਗਾਓਗੀ ਪਰ ਕਿਸੀ ਔਰ ਕਾ ਤੋ ਲਗਾਓਗੀ?
नहीं नहीं सर, कभी नहीं लगाऊंगी, पक्का प्रॉमिस, पापा कसम। बस सर, आप जो बैंक का टैग लगाया ना, वो हटा दीजिए। देखो मैडम, बात ऐसी है कि बैन तो नहीं हटेगा, आप जो कर सकते हो कर लो, आप तो बस कोर्ट आने की तैयारी करो। और एक बात और, अगर आप टाइम से कोर्ट पर नहीं आए तो आप पर एक और इल्जाम लगेगा, वो क्या कहते हैं आपके पंजाबी में, भगोड़े का। कितों फोन दोबारा आ गया। हाँ जी बोलो। गौरव यार, मैं हुणे ना पार्टी वाले नूं फोन किया सी, ओ जेएमडी वाले नूं। ओ यार बंदा है कि की आ, पैरां ते पानी नहीं पैण हुंदा। मैं सैटलमेंट लई फोन किया सी, उहने सैटलमेंट तो की करनी आ, ओ कहिंदा कोर्ट आ के मिलांगे। ना हुण फिर मैं की करां, मैं तां अपना काम कर रहा ना, जे तुहानूं ज्यादा गल आ तां कोर्ट चा के मिलण लई तैयार हो तुसीं। ओ यार हुण तूं भी यार, पहला मैंने सच सच ये दस कि अपने केस जीतने के कितने के चांस ने। देख राधिका, हर वकील जीतने लिए केस लड़ता, असी अपनी दलीलां देनियां ने ते अपने एक्सपीरियंस दे नाल काम करना, पर फैसला देना जज साहब का काम है, मेरा नहीं। सो जज दे उत्ते छड़ दे, सुप्रीत जज साहब अपने आप देणगे फैसला। जाने तू 100% गरंटी नहीं लैंदा कि आपां केस जीतांगे कि नहीं जीतांगे। चल छड़, मैनूं ये दस जिहड़ी मेरी राधिका नाम तो हौजरी मिल है, उन्हें छड़ के नवे ड्रेस तो नवे नाम तो नवी कंपनी शुरू करा फिर। पहला तो गलती तो जिहड़ा खिलारा तेरा निबड़ता नहीं पिया, हुण तू नवी गलती करन चली है। नाले मेरी गल सुन, एहो जिहा गल्लां फोन ते नहीं करी दियां, शाम नूं मेरे दफ्तर आ जी, बह के गल करांगे। चल ठीक है, शाम नूं तेरे दफ्तर आके मिलदी हां। राधिका राधिका, तू तो बुरी फस गई, गलत पंगा ले लिया तू। सतानवे अठानवे नड़िनवे सौ लै भी, अपने पैसे तो पूरे हो गए, इन्हों तू वेच ही रख दे, आ पैसे अपने को बच गए, तो 2.5 लाख रुपया वह बच गया जेडे जीजा जी दे के गए सी। शुक्र है रब्बा, पैसे तो पूरे होए। हुण तुसी इदा करो, उन्हूं फोन करो, उन्हूं पुछो भी उन्हूं कदों मिली है, आपां घट्टो घट्ट आपां दुकान तां खोली उन्हूं पैसे दे के। हाँ मैं हुणी फोन करदा। अमर पुत्त। मम्मी तुसी आ जाओ बैठो। बै तां मैं जानी आ पुत्त, तू इन्ना औखा सीगा तां मैनू एक वारी दसणा नहीं सीगा। वाह क्या गल कीती है मम्मी, ਉਹ ਸਾਰੇ ਸ਼ਹਿਰ ਦੇ ਵਿੱਚ ਰੋਲਾ ਪਿਆ ਹੋਇਆ ਕਿ ਅਮਰ ਦੀ ਦੁਕਾਨ ਤੇ ਰੇਡ ਪੈ ਗਈ, ਤੇ ਮੈਨੂੰ ਆਪਣੀ ਮਾਂ ਨੂੰ ਦੱਸਣਾ ਪਊਗਾ। ਨਾਲੇ ਮੰਮੀ ਜੀ, ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ, ਪਰ ਫਿਰ ਵੀ ਤੁਸੀਂ ਆਪ ਨਹੀਂ ਆਏ, ਆ ਹੁਣ ਪੁੱਤਾਂ 'ਚ ਫਰਕ ਕੀ ਕੀਤਾ ਤੁਸੀਂ? ਗਗਨ ਤੂੰ ਬਲਦੀ ਤੇ ਨਾ ਤੇਲ ਨਾ ਪਾਇਆ ਕਰ, ਪਹਿਲਾਂ ਸਮਝਿਆ ਕਰ, ਮੈਨੂੰ ਦੇਵ ਨੇ ਇੱਥੇ ਭੇਜਿਆ, ਪਤਾ ਸੀ ਕੀ ਕੁਛ ਕੀਤਾ। ਕੀ ਕੀਤਾ ਤੁਸੀਂ? ਉਹ ਮੈਂ ਕੁਛ ਨਹੀਂ ਕੀਤਾ, ਜੋ ਕੁਛ ਕੀਤਾ ਨਾ ਦੇਵ ਨੇ ਕੀਤਾ, ਨਾਲੇ ਉਹਨੇ ਇਹ ਕਿਹਾ ਵੀ ਕੱਲ ਨੂੰ ਦੁਕਾਨ ਖੋਲ ਲਓ, ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਆ, ਕੁਛ ਨਹੀਂ ਹੁੰਦਾ। ਮਤਲਬ ਸਾਨੂੰ ਫਸਾਉਣ ਦੀ ਸਕੀਮ ਲਾਉਂਦੇ ਪਏ ਸੀ। ਮੇਰੀ ਗੱਲ ਸੁਣੋ ਤੁਸੀਂ, ਮੰਮੀ ਦੀਆਂ ਗੱਲਾਂ 'ਚ ਨਾ ਆਇਓ, ਉਹ ਹੁਣ ਤਾਂ ਆਪਾਂ ਪੈਸੇ ਦੇ ਕੇ ਖਹਿੜਾ ਛਡਾ ਲਾਂਗੇ, ਪਰ ਜੇ ਆਪਾਂ ਕਾਨੂੰਨ ਦੇ ਉਲਟ ਗਏ ਨਾ ਤਾਂ ਦੁੱਗਣੇ ਫਸਾਂਗੇ, ਦੁਕਾਨ ਵੀ ਜਾਊ ਅਤੇ ਪੈਸੇ ਵੀ। ਉਹ ਗਗਨ ਇੱਕ ਮਿੰਟ ਖੜ ਜਾ, ਮੈਨੂੰ ਗੱਲ ਤਾਂ ਸੁਣ ਦੇ, ਮੰਮੀ ਕਹਿੰਦੇ ਕੀ ਪਏ ਨੇ, ਦੱਸੋ ਮੰਮੀ ਕੀ ਕਹਿੰਦੇ ਤੁਸੀਂ? ਪੁੱਤ ਜੋ ਕੁਛ ਕਹਿਣਾ ਸੀ ਮੈਂ ਤਾਂ ਕਹਿਤਾ, ਪਰ ਦੇਵ ਬਿਨਾਂ ਸੋਚੇ ਕੋਈ ਗੱਲ ਕਹਿੰਦਾ ਨਹੀਂ ਹੁੰਦਾ, ਉਹਨੇ ਕਿਹਾ ਮੈਨੂੰ। ਨਾ ਜੀਐਮਡੀ ਵਾਲਾ ਉਹਦਾ ਕੋਈ ਰਿਸ਼ਤੇਦਾਰ ਆ ਵੀ ਉਹਨੂੰ ਬਖਸ਼ ਦੂਗਾ? ਇਹ ਮੈਨੂੰ ਨਹੀਂ ਪਤਾ ਵੀ ਉਹਦਾ ਰਿਸ਼ਤੇਦਾਰ ਆ ਕਿ ਕੌਣ ਆ, ਉਹਨੇ ਸਿਰਫ ਮੈਨੂੰ ਇੰਨਾ ਕਿਹਾ ਵੀ ਉਹ ਦੁਕਾਨ ਖੋਲ ਲਵੇ, ਮੈਂ ਬੈਠਾ। ਫਿਰ ਮੰਮੀ ਜੀ ਤੁਸੀਂ ਇੱਦਾਂ ਕਰੋ, ਅਸੀਂ ਚਾਬੀ ਫੜਾ ਦਿੰਦੇ ਹਾਂ ਤੁਹਾਨੂੰ, ਦੇਵ ਨੂੰ ਕਹੋ ਵੀ ਉਹੀ ਦੁਕਾਨ ਖੋਲ ਲਵੇ। ਠੀਕ ਹੈ ਫੜਾ ਦਿਓ ਫਿਰ, ਮੈਂ ਕਹਿ ਦਿੰਦੀ ਹਾਂ ਉਹ ਖੋਲ ਲੂਗਾ। ਠੀਕ ਆ। ਆ ਲਓ ਚਾਬੀ। ਉਹ ਗਗਨ ਆ ਕੀ ਕੀਤਾ ਤੂੰ?
मम्मी नू चाबी दी शोरूम दी, उत्तों दी इह गल कहती कि देव खोल लवे। ओ तेरा दिमाग ठीक आ? ओ मेरा दिमाग बिल्कुल ठीक आ। मेरी गल सुनो तुसी, जे बाई चांस ओ फस गया आपां इह कह दांगे वी वड्डा भरा सी, ओनू तां कुछ पता ही नहीं सी, ओने खोल ली दुकान। जे फायदा होया तां अपना, जे नुकसान होया तां ओहदा। दूजियां दे फड्डे च ना देव नू टंग बहुत अड़ाउणी आउंदी है। हुण अड़ा ला ते टंग वढ़ा ला।